ਇੱਕ ਘਰ ਦੀ ਛੱਤ ਤੇ ਨੌਜਵਾਨ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਹਾਲੇ 4 ਕੁ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਕਿਰਾਏ ਤੇ ਰੂਮ ਲਿਆ ਸੀ ਤਾਂ ਪਹਿਲਾਂ ਤੋਂ ਉੱਥੇ ਰਹਿ ਰਹੇ ਨੌਜਵਾਨ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਰ ਦੀ ਛੱਤ ਤੇ ਲਹੂ ਲੁਹਾਨ ਇਹ ਨੌਜਵਾਨ ਪਾਇਆ ਗਿਆ ਤਾਂ ਇਸ ਨੌਜਵਾਨ ਦਾ ਕਾਪੇ ਮਾਰ ਕੇ ਕਤਲ ਕੀਤਾ ਗਿਆ। ਮੋਗਾ ਦੇ ਜ਼ੀਰਾ ਰੋਡ ਤੇ ਇਹ ਵੱਡੀ ਵਾਰਦਾਤ ਹੋਈ ਹੈ। ਪੁਰਾਣੇ ਘਰ ਦੇ ਵਿੱਚ ਮਾਲਕਾਂ ਨੇ ਕਮਰੇ ਕਿਰਾਏ ਤੇ ਚੜਾਏ ਹੋਏ ਸੀ ਤਾਂ ਨੌਜਵਾਨ ਹਾਲੇ 4 ਕੁ ਦਿਨ ਪਹਿਲਾਂ ਹੀ ਇੱਥੇ ਆਇਆ ਸੀ ਤਾਂ ਪਹਿਲਾਂ ਤੋਂ ਰਹਿ ਰਹੇ ਨੌਜਵਾਨ ਦੇ ਵੱਲੋਂ ਘਰ ਦੀ ਛੱਤ ਤੇ ਇਸ ਦਾ ਕਾਪੇ ਮਾਰ ਕੇ ਕਤਲ ਕੀਤਾ ਗਿਆ। ਦੱਸ ਦਈਏ ਕਿ ਇਹ ਨੌਜਵਾਨ ਏਸੀ ਰਿਪੇਅਰ ਦਾ ਕੰਮ ਕਰਦਾ ਸੀ, ਯੂਪੀ ਦਾ ਇਹ ਰਹਿਣ ਵਾਲਾ, ਜਿਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਹ ਹਮਾਰੇ ਪਾਸ ਲੜਕਾ ਕੰਮ ਕਰਤਾ ਹੈ, ਇਸ ਕਪੜੇ ਕਾ ਉਸਕਾ ਜਾਣਕਾਰ ਰੱਖਤਾ, ਉਸਨੇ ਦਵਾਇਆ ਥਾ ਕਿਰਾਏ ਪੇ ਕਮਰੇ ਮੇਂ। ਹਾਂ, ਕਿਰਾਏ ਪੇ। ਹਾਂ, ਇਹ ਕਬ ਆਇਆ ਥਾ ਕਿਰਾਏ ਪੇ? ਇਹ ਆਇਆ ਥਾ ਸਰ 23 ਤਰੀਕ ਰਾਤ ਕੋ 9 ਵਜੇ, 7:30 ਵਜੇ। ਅਕੇਲੇ ਥਾ? ਅਕੇਲੇ। ਹਾਂ। ਕਤਲ ਕਿਸਨੇ ਕੀਆ? ਉਸਕੇ ਸਾਥ ਕਮਲ ਕੁਮਾਰ ਹੈ, ਪਾਰਸ ਮਸਾਲੇ ਮੇਂ ਫੈਕਟਰੀ ਕੰਮ ਕਰਤਾ ਹੈ। ਇਸਕਾ ਜਾਣਕਾਰ ਥਾ? ਹਾਂ, ਜਾਣਕਾਰ ਥਾ। ਨਹੀਂ ਨਹੀਂ, ਜਾਣਕਾਰ ਥਾ ਹੀ, ਉਹ ਪਹਿਲੇ ਆਇਆ ਥਾ। ਉਹ ਕਹਾਂ ਕਾ ਰਹਿਣ ਵਾਲਾ? ਉਹ ਹੈ ਯਹੀ ਨਜ਼ਦੀਕੀ ਹੈ। ਪਹਿਲੇ ਕੋਈ ਨੀ ਸਾ ਜੀ। ਮੇਰੇ ਕੋਲ ਸਾਹਮਣੇ ਸੇ ਫੋਨ ਆਇਆ ਥਾ, ਆਪ ਲੜ ਰਹੇ ਹੋਏ, ਮੈਂ ਆਏ ਫਿਰ ਉਸ ਪਰ ਫੋਨ ਕਰ ਦਿਆ। जैसे आपने कमरा देते हो कोई उसका आइडेंटिटी प्रूफ? हां देते सर, दे दिया सारा, दे दिया मैंने। आज के एक अमित नाम ਦਾ ਮੁੰਡਾ ਲਕਿੰਦਰ ਸਿੰਘ ਨੇ ਜੀਰਾ ਰੋਡ ਦੇ ਉੱਤੇ ਉਹਨੂੰ ਕਿਰਾਏ ਤੇ ਕਮਰਾ ਦਵਾਇਆ ਸੀਗਾ, ਅਮਿਤ ਨਾਂ ਦੇ ਲੜਕੇ ਨੂੰ, ਜਿਹੜੇ 3 ਕੁ ਦਿਨ ਹੋ ਗਏ ਸੀ ਉੱਥੇ। ਇੱਕ ਕਮਲਜੀਤ ਸਿੰਘ ਵੀ ਜਿਹੜਾ ਕਿਰਾਏ ਤੇ ਹੀ ਰਹਿ ਰਿਹਾ ਸੀਗਾ ਕਮਰੇ ਦੇ ਵਿੱਚ। ਅੱਜ ਸਵੇਰ ਕਰੀਬ 7 ਵਜੇ ਲਕਿੰਦਰ ਨੇ ਦੱਸਿਆ ਕਿ ਇੱਕਦਮ ਉੱਤੇ ਰੌਲੇ ਦੀਆਂ ਆਵਾਜ਼ਾਂ ਆਈਆਂ। ਜਦੋਂ ਗਿਆ ਉੱਪਰ ਦੇਖਿਆ ਤਾਂ ਜਿਹੜੇ ਕਾਪੇ ਨਾ ਉਹਦੇ 'ਤੇ ਤੇਜ਼ਧਾਰ ਹਥਿਆਰ ਦੇ ਵਾਰ ਉਹਦੇ 'ਤੇ ਕਰ ਰਿਹਾ ਸੀਗਾ ਕਮਲਜੀਤ ਸਿੰਘ, ਜਿਹਦੇ ਨਾਲ ਅਮਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਤੇ ਜਿਹੜੀ ਉਹਦੇ ਖਿਲਾਫ਼ ਜਿਹੜੇ ਕਾਰਵਾਈ ਕਰ ਰਹੇ ਹਾਂ ਅਤੇ ਅੱਗੇ ਤਫਤੀਸ਼ ਦੌਰਾਨ ਦੇ ਰਹੇ ਹਾਂ ਕਿ ਜਿਹੜਾ ਵੀ ਹੋਇਆ ਅਤੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ। ਜੀ ਅਮਿਤ ਇਹ ਬਰਵਾਹਾ ਪੈਂਦਾ ਉੱਤਰ ਪ੍ਰਦੇਸ਼ ਦੇ ਵਿੱਚ। ਇਹ 3 ਕੁ ਦਿਨ ਪਹਿਲਾਂ ਹੀ ਆ ਕੇ ਇੱਥੇ ਕਿਰਾਏ 'ਤੇ ਰਹਿਣ ਲੱਗਿਆ ਸੀ, ਏਸੀ ਰਿਪੇਅਰ ਦਾ ਕੰਮ ਸਿੱਖ ਰਿਹਾ ਸੀਗਾ। ਕਮਲਜੀਤ ਉੱਥੇ ਨਾਲ ਕਿਰਾਏ 'ਤੇ ਰਹਿ ਰਿਹਾ ਸੀ ਕੋਈ ਕਮਰੇ ਦੇ ਵਿੱਚ, ਕੋਈ ਜਾਣਕਾਰ ਤਾਂ ਨਹੀਂ ਹੈ ਅਤੇ ਉਹ ਬਾਕੀ ਤਫਤੀਸ਼ ਦੌਰਾਨ ਅਸੀਂ ਦੇਖ ਰਹੇ ਹਾਂ ਸਰ। ਕਿਸ ਗੱਲੋਂ ਲੜਾਈ ਹੋਈ ਕੁਛ ਪਤਾ ਲੱਗਿਆ? ਲੜਾਈ ਦਾ ਹਲੇ ਪੂਰ ਕੇ ਕੋਈ ਪਾਸਪੋਰਟ ਚੋਰੀ ਦਾ ਕੋਈ ਇੱਦਾਂ ਦੀ ਗੱਲ ਆ ਵੀ ਆਹ ਮੇਰਾ ਚੋਰੀ ਹੋ ਗਿਆ, ਅਤੇ ਉਹਦੇ ਦੇਖ ਰਹੇ ਹਾਂ ਉਹਦੀ ਤਫਤੀਸ਼ ਦੇ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਊ ਤਾਂ ਅੱਗੇ ਇਹਦੇ ਵਿੱਚ ਕੇਸ ਰਜਿਸਟਰ ਕਰ ਰਹੇ ਹਾਂ ਇਹਦੇ 'ਤੇ ਕਮਲਜੀਤ 'ਤੇ, ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।